ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਇੱਥੇ ਨਹਿਰੀ ਵਿਸ਼ਰਾਮ ਘਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਜਗਿੰਦਰ ਸਿੰਘ ਕਾਕੜਾ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਨੌਰ ਵਿਖੇ ਹੋਈ ਕੁਟਮਾਰ ਦਾ ਸ਼ਾਸਿਕਰਨ ਨਾ ਕਰਨ। ਪਿਲੇ 2-3 ਦਿਨ ਤੋਂ ਲਗਾਤਾਰ ਅਸੀਂ ਦੇਖਦੇ ਆ ਰਹੇ ਹਾਂ ਕਿ ਜਿਹੜਾ ਸਨੌਰ ਦਾ ਹੋਇਆ ਕੰਮ ਪੁਲਿਸ ਦਾ ਤੇ ਬੱਚਿਆਂ ਦਾ ਲੇਕਿ ਬਹੁਤ ਮੰਦਭਾਗੀ ਘਟਨਾ ਸੀ ਉਨੀ ਸੀ ਹੋਣਾ ਚਾਹੀਦਾ ਲੇਕਿਨ ਜੋ ਹੁਣ ਕੱਲ ਤੋਂ ਸਚਾਈ ਪੇਸ਼ ਹੋਈ ਹੈ ਉਹ ਸਾਰਾ ਪਾਸਾ ਹੀ ਪਲਟ ਗਿਆ ਹੈ ਔਰ ਉਹਦੇ ਵਿੱਚ ਸਿੱਧ ਮਸਿੱਧਾ ਇਹ ਦਿਸ ਰਿਹਾ ਹੈ ਕਿ ਜਿਹੜਾ ਬੱਚੇ ਨੇ ਉਹ ਮੁਲਾਜ਼ਮਾਂ ਦੀ ਵਰਦੀ ਨੂੰ ਹੱਥ ਪਾ ਰਹੇ ਨੇ ਗਾਲਾਂ ਤੱਕ ਕੱਢ ਰਹੇ ਨੇ ਲੇਕਿਨ ਇਹ ਨਹੀਂ ਹੈਗਾ ਮੈਂ ਉਹਨਾਂ ਦੀ ਕੋਈ ਤਰਫਦਾਰੀ ਨਹੀਂ ਕਰਦਾ ਮੈਂ ਤਾਂ ਗੱਲ ਜਿਹੜੀ ਕਰਨੀ ਹੈ ਗੱਲ ਮੇਨ ਮੁੱਦਾ ਇਹ ਹੈ ਕਿ ਜਿਹੜਾ ਇਹ ਰਾਜਨੀਤਿਕ ਮੁੱਦਾ ਬਣਾਇਆ ਗਿਆ ਇਸ ਗੱਲ ਨੂੰ ਬਿਨਾਂ ਕਿਸੇ ਗਲਬਤ ਦੇ ਸਾਡੀ ਜਿਹੜੀ ਸਿੱਖਾਂ ਦੀ ਸਰਵ ਉੱਚ ਸੰਸਥਾ ਐਡੀ ਵੱਡੀ ਸਾਡੇ ਸਿੱਖਾਂ ਦੀ ਸੰਸਥਾ ਹੈ ਉਹ ਕਾਲ ਤਖਸਾਬ ਉਹਦਾ ਜਥੇਦਾਰ ਦਾ ਇੱਥੇ ਆਣਾ ਬਹੁਤ ਮੰਦ ਭਾਗਾ ਕਿਉਂਕਿ ਜੇ ਜਥੇਦਾਰ ਜੀ ਸਾਡੇ ਜਾਣਾ ਚਾਹਣ ਦੇ ਪਹਿਲਾਂ ਉਹ ਬਰਗਾੜੀ ਚ ਜਾਂਦੇ ਬਾਈਬਲ ਕਾਂਡ ਸਾਡੇ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਐ ਐਡੀ ਵੱਡੀ ਉੱਥੇ ਜਾਂਦੇ ਉਹ ਜਿੱਥੇ ਸਾਡੇ ਨਿਹੱਥੇ ਨੌਜਵਾਨ ਸਿੱਖ ਮਾਰੇ ਗਏ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹਨੂੰ ਅਸੀਂ ਸਭ ਤੋਂ ਪਵਿੱਤਰ ਮੰਨਦੇ ਆਂ ਔਰ ਅਸੀਂ ਆਪਣਾ ਗੁਰੂ ਮੰਨਦੇ ਆਂ ਉੱਥੇ ਉਹਨਾਂ ਦੇ ਅੰਗ ਜਿਹੜੇ ਨੇ ਗਲੀਆਂ 'ਚ ਖਿਲਾਰੇ ਗਏ ਉੱਥੇ ਸਾਡੇ ਜਥੇਦਾਰ ਜੀ ਜਾਂਦੇ ਨਹੀਂ ਔਰ ਅੱਜ ਜਥੇਦਾਰ ਜੀ ਇੱਕ ਪਾਰਟੀ ਦੇ ਤੌਰ ਤੇ ਲੱਗਦਾ ਮੈਨੂੰ ਇਸ ਤਰ੍ਹਾਂ ਕਿ ਜਿਵੇਂ ਕੋਈ ਪਾਰਟੀ ਦੇ ਨੁਮਾਇੰਦੇ ਬਣ ਕੇ ਆਏ ਨੇ ਉਹ ਇੱਥੇ ਆ ਗਏ ਬਿਨਾਂ ਪੁੱਛ ਪੜਤਾਲ ਕੀਤੇ ਜਿੱਦ ਜਦ ਕੇ ਉਹਦੀ ਬੜੀ ਡੰਗਾਈ ਦੇ ਵਿੱਚ ਉਦੀ ਪੁਸ਼ਪੜਤਾਲ ਕਰਨੀ ਚਾਹੀਦੀ ਸੀ ਉਸ ਗੱਲ ਨੂੰ ਵਚਣਾ ਚਾਹੀਦਾ ਸੀ ਸਾਡੇ ਹਲਕੇ ਦੇ ਐਮਐਲਏ ਜੋ ਨੇ ਚੰਦੂ ਮਾਜਰਾ ਸਾਹਿਬ ਉਹ ਬਿਨਾਂ ਵਜ੍ਹਾ ਕਿਸੇ ਗੱਲ ਦੇ ਉੱਤੋਂ ਇੱਕ ਜਿਹੜਾ ਰਾਜਨੀਤਿਕ ਮੁੱਦਾ ਬਣਾ ਲੈਂਦੇ ਨੇ ਵਾਰ-ਵਾਰ ਕਾਤਖਤ ਦੇ ਜੇ세ਦਾਰ ਨੂੰ ਪਿੱਛੇ ਇੱਕ ਤੁਹਾਡੇ ਸਾਹਮਣੇ ਇੱਕ ਵੀਡੀਓ ਵਾਇਰਲ ਹੋਇਆ ਸੀ ਹੈਰੀ ਮਾਨ ਜੀ ਦਾ ਜਿਹਦੇ ਵਿੱਚ ਕੋਈ ਗੱਲ ਨਹੀਂ ਸੀ ਬਾਤ ਨਹੀਂ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਤੱਕਾ ਨਹੀਂ ਇੱਥੇ ਹੋਣ ਦਿਆਂਗਾ ਉਸ ਗੱਲ ਨੂੰ ਵੀ ਬਿਨਾ ਵਜ੍ਹਾ ਤੋਂ ਉਸ ਛਾਲਕੇ ਕਾਲ ਤਖਤ ਦੇ ਜਥੇਦਾਰ ਤੋਂ ਬਿਆਨ ਦਵਾਇਆ ਸੀ ਇਹਨਾਂ ਨੇ ਉਹਨਾਂ ਕਿਹਾ ਕਿ ਪਾਵੇਂ ਗਲਤੀ ਦੋਵਾਂ ਪਾਸਿਆਂ ਦੀ ਸੀ ਪਰ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪੁਲਿਸ ਮੁਖੀ ਨਾਲ ਗੱਲਬਾਤ ਕਰਕੇ ਹੋਈ ਕਥਿਤ ਕੁੱਟ ਮਾਰ ਲਈ ਸਹਿਯਕ ਥਾਣੇਦਾਰ ਨੂੰ ਮੁਅਤਲ ਕਰਵਾਇਆ ਤੇ ਉਸ ਉੱਪਰ ਪਰਚਾ ਵੀ ਦਰਜ ਕਰਵਾਇਆ ਤੇ ਜੇ ਅੱਜ ਕੁਰੇ ਕੋਈ ਬੱਚੇ ਰਾਤ ਨੂੰ 11:30 12 ਵਜੇ ਆਏ ਨੇ ਜੇ ਪੁਲਿਸ ਨੇ ਉਹਨਾਂ ਨੂੰ ਕੁਝ ਕਿਹਾ ਉਹ ਇਮੀਡੀਏਟਲੀ ਐਕਸ਼ਨ ਹੋਇਆ ਮਾਨ ਸਾਹਿਬ ਚੰਡੀਗੜ੍ਹੋਂ ਆਏ ਨੇ ਮਹਾਰਾਣੀ ਸਾਹਿਬ ਹਸਪੀਟਲ ਚ ਗਏ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ ਔਰ ਸਾਡੇ ਐਸਐਸਪੀ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਉਹਨਾਂ ਨੂੰ ਮੁਤਲ ਕੀਤਾ ਕਾਂਗਰਸੀ ਆਗੂ ਜਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਅਕਾਲੀ ਆਗੂ ਬਰਗਾੜੀ ਕਾਂਡ ਉੱਪਰ ਆਪਣੇ ਬਿਆਨਬਾਜ਼ੀ ਨਾਲ ਪਹਿਲਾਂ ਹੀ ਚਰਚਾ ਵਿੱਚ ਰਹੇ ਹਨ ਔਰ ਜਿਹੜਾ ਅੱਜ ਤੁਸੀਂ ਵੇਖਿਆ ਸਾਡੀ ਸਭ ਤੋਂ ਉੱਚੀ ਸਸਤਾ ਜਿਹੜੀ ਸਾਡੀ ਦਿੱਲੀ ਪਾਰਲੀਮੈਂਟ ਦੇ ਵਿੱਚ ਇਹਦਾ ਬਾਪ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਕੀ ਬੋਲ ਰਹੇ ਨੇ ਗਾੜੀ ਦੇ ਵਾਸਤੇ ਜਿਹੜਾ ਸਾਡੇ ਸਾਰੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਵਲੁੰਧਰੇ ਗਏ ਸੋਸ਼ਲ ਮੀਡੀਆ ਦੇ ਉੱਤੇ ਉਹ ਸਾਰਾ ਸਿਸਟਮ ਚੱਲਿਆ ਉੱਥੇ ਤਾਂ ਇਹ ਬੋਲਦੇ ਨਹੀਂ ਉਹਨਾਂ ਕਿਹਾ ਕਿ ਅਗਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਜੇ ਮੁੱਦੇ ਉੱਪਰ ਰਾਜਨੀਤੀ ਕਰਦੇ ਰਹੇ ਤਾਂ ਦੇਵੀਗੜ੍ਹ ਦੇ ਲੋਕ ਉਹਨਾਂ ਦਾ ਕਾਲੀਆਂ ਛੰਡੀਆਂ ਨਾਲ ਇੱਥੇ ਵਿਰੋਧ ਕਰਨਗੇ ਮੈਂ ਚੰਦੂ ਮਾਜਰਾ ਸਾਹਿਬ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤੇ ਥੋੜਾ ਇੱਥੇ ਦੇਵੀਗੜ੍ਹ 'ਚ ਅਸੀਂ ਆ ਸਾਰੇ ਵਰਕਰ ਕਾਂਗਰਸ ਦੇ ਖੜੇ ਨੇ ਕਾਲੀਆਂ ਝੰਡੀਆਂ ਲੈ ਕੇ ਥੋੜਾ ਇੱਥੇ ਅਸੀਂ ਸਵਾਗਤ ਕਰਿਆ ਕਰਾਂਗੇ ਤੁਹਾਨੂੰ ਦੇਵੀਗੜ੍ਹ 'ਚ ਨਹੀਂ ਵੜਨ ਦਵਾਵਾਂਗੇ ਅਸੀਂ ਜੇ ਤੁਸੀਂ ਆ ਜਿਹੜੀ ਨਿੱਕੀ ਨਿੱਕੀ ਗੱਲ ਤੇ ਸਿਆਸਤ ਕਿਹੜਾ ਉਰੇ ਦਾ ਕਦੇ ਕਹਿੰਦਾ ਆਟਾ ਦਾਲ ਦੇ ਫਾਰਮਾਂ ਦੇ ਉੱਤੇ ਆ ਕੇ ਲੋਕ ਭਲਾਈ ਦੀਆਂ ਸਕੀਮਾਂ ਦੇ ਉੱਤੇ ਆ ਕੇ ਵੀ ਰਾਜਨੀਤੀ ਕਰਦਾ ਕੈਂਪ ਲਾਏ ਨੇ ਪੁੜਾਮ ਦੇ ਵਿੱਚ ਉੱਥੇ ਆ ਕੇ ਰਾਜਨੀਤੀ ਕਰਦਾ ਹੈ ਕਿ ਕੈਂਪ ਕਿਉਂ ਲੱਗ ਰਹੇ ਨੇ ਅਸੀਂ 10 ਸਾਲ ਤੁਹਾਡੀ ਸਰਕਾਰ ਸੀ ਹੁਣ ਲਿਆਓ ਅਸੀਂ ਤੁਹਾਡਾ ਵੈਲਕਮ ਕਰਾਂਗੇ ਤੁਹਾਡੇ ਫਾਦਰ ਸਾਹਿਬ ਸੈਂਟਰ ਚ ਨੇ ਬੀਜੇਪੀ ਦੀ ਸਰਕਾਰ ਦੇ ਵਿੱਚੋਂ ਤੁਸੀਂ ਲਿਆਓ ਉੱਥੋਂ ਪੰਜਾਬ ਦੇ ਵਾਸਤੇ ਸਕੀਮਾਂ ਲੈ ਕੇ ਆਓ ਲੋਕਾਂ ਨੂੰ ਦਿਓ ਤਾਂ ਸਹੀ ਕੁਝ ਦੇਣਾ ਤਾਂ ਤੁਸੀਂ ਕੁਝ ਹੈ ਨਹੀਂ ਜੇ ਲੋਕ ਭਲਾਈ ਦਾ ਸਾਡਾ ਕੋਈ ਲੀਡਰ ਕੰਮ ਕਰਦਾ ਜੇ ਮਹਾਰਾਜਾ ਸਾਹਿਬ ਦੀ ਸਰਕਾਰ ਜੇ ਕੋਈ ਲੋਕ ਭਲਾਈ ਦੇ ਕੰਮ ਕਰਦੀ ਹੈ ਤੇ ਉਹਨਾਂ ਦੇ ਉੱਤੇ ਵੀ ਕਿੰਤੂ ਪਰੰਤੂ ਆ ਕੇ ਤੁਸੀਂ ਲੋਕਾਂ ਦੇ ਫਾਰਮਾਂ ਤੇ ਵੀ ਉੱਤੇ ਆ ਕੇ ਕਿੰਤੂ ਪਰੰਤੂ ਕਰੋ ਤੁਸੀਂ ਕਿ ਇਹ ਜਿਹੜਾ ਕੰਮ ਹੈ ਮੈਂ ਕਹਿੰਦਾ ਕੋਝੀ ਤੇ ਹੋਛੀ ਰਾਜਨੀਤੀ ਹੈ ਜਿਹੜੀ ਚੰਦੂ ਮਾਜਰਾ ਸਾਹਿਬ ਨੂੰ ਸੋਹਂਦੀ ਨਹੀਂ ਔਰ ਜੇ ਕੋਈ ਮੁੱਦਿਆਂ ਤੇ ਗੱਲ ਕਰਨੀ ਹੈ ਟੀਵੀ ਤੇ ਡਿਬੇਟ ਕਰਨੀ ਆ ਸਾਡੇ ਨਾਲ ਸਾਹਮਣੇ ਆ ਕੇ ਡਿਬੇਟ ਕਰੋ ਔਰ ਅਸੀਂ ਉਹਦਾ ਜਵਾਬ ਦੇਵਾਂਗੇ ਆ ਮੈਂ ਕਹਿੰਦਾ ਕਿ ਆਪਣੇ ਹਲਕੇ ਦਾ ਜਿਹੜਾ ਇਹ ਸਾਡੇ ਦਾ ਇਹ ਹੋਛੀ ਰਾਜਨੀਤੀ ਤੋਂ ਬਾਜ਼ ਆ ਜਾਣ ਨਿੱਤੇ ਅਸੀਂ ਦੇਵੀਗੜ੍ਹ ਚ ਨੂੰ ਵੜ ਨਹੀਂ ਦਵਾਂਗੇ ਜਦੋਂ ਇਸ ਬਾਰੇ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ ਤੇ ਮੈਂ ਲੋਕਾਂ ਦੇ ਦੁੱਖ ਸੁੱਖ ਵਿੱਚ ਖੜਦਾ ਰਹਾਂਗਾ ਭਾਵੇਂ ਇਸ ਨੂੰ ਕੋਈ ਸਿਆਸਤ ਕਹੇ ਜਾਂ ਕੁਝ ਹੋਰ ਉਹਨਾਂ ਹੋਰ ਕਿਹਾ ਕਿ ਲੜਕੀਆਂ ਉੱਪਰ ਹੋਇਆ ਤਸ਼ੱਦਦ ਸਾਬਤ ਹੋ ਚੁੱਕਾ ਹੈ ਤੇ ਮੈਂ ਅਜਿਹੇ ਜ਼ੁਲਮਾਂ ਵਿਰੁੱਧ ਖੜਦਾ ਰਹਾਂਗਾ